ਡੀਅਰ ਸਟੂਡੈਂਟਸ, ਇਸ ਕੁਐਸਚਨ ਵਿੱਚ ਅਸੀਂ ਰਾਜ ਵਿਧਾਨ ਮੰਡਲ ਦੇ ਇੱਕ ਸਦਨ ਵਿਧਾਨ ਪ੍ਰੀਸ਼ਦ ਬਾਰੇ ਚਰਚਾ ਕਰਾਂਗੇ ਕਿ ਵਿਧਾਨ ਪ੍ਰੀਸ਼ਦ ਕਿਸ ਤਰ੍ਹਾਂ ਬਣਦੀ ਹੈ, ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦੀ ਚੋਣ ਵਗੈਰਾ ਕਿਸ ਤਰ੍ਹਾਂ ਹੁੰਦੀ ਹੈ, ਵਿਧਾਨ ਪ੍ਰੀਸ਼ਦ ਨਾਲ ਸੰਬੰਧਿਤ ਸੰਵਿਧਾਨਕ ਵਿਵਸਥਾਵਾਂ ਕੀ ਨੇ। ਅਸੀਂ ਜਾਣਦੇ ਹਾਂ ਕਿ ਹਰੇਕ ਰਾਜ ਦਾ ਵਿਧਾਨ ਮੰਡਲ ਹੈ ਜਿਹੜਾ, ਉਹਦੇ ਵਿੱਚ ਰਾਜਪਾਲ ਹੁੰਦਾ, ਉਹਦੇ ਵਿੱਚ ਵਿਧਾਨ ਸਭਾ ਹੁੰਦੀ ਆ। ਵਿਧਾਨ ਪ੍ਰੀਸ਼ਦ ਕ੍ਰੀਏਟ ਕਰਨਾ ਜਾਂ ਨਾ ਕਰਨਾ ਰਾਜ ਦੇ ਲੋਕਾਂ ਦੀ ਜਾਂ ਰਾਜ ਦੇ ਵਿਧਾਨ ਸਭਾ ਦੀ ਆਪਾਂ ਕਹਿ ਲਈਏ ਇੱਛਾ ਹੁੰਦੀ ਹੈ। ਇਸ ਲਈ ਸਾਡੇ ਬਹੁਤੇ ਰਾਜਾਂ ਵਿੱਚ ਵਿਧਾਨ ਪ੍ਰੀਸ਼ਦ ਨਹੀਂ ਹੈ, ਕੁਛ ਰਾਜਾਂ ਵਿੱਚ ਵਿਧਾਨ ਪ੍ਰੀਸ਼ਦ ਹੈ। ਜਿਹੜੇ ਜਿਹੜੇ ਰਾਜਾਂ ਵਿੱਚ ਵਿਧਾਨ ਪ੍ਰੀਸ਼ਦ ਹੈ ਸਾਡੇ, ਉਹ 6 ਰਾਜ ਨੇ ਇਸ ਸਮੇਂ: ਆਂਧਰਾ ਪ੍ਰਦੇਸ਼, ਬਿਹਾਰ, ਕਰਨਾਟਕਾ, ਮਹਾਰਾਸ਼ਟਰਾ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼। ਇਹ 6 ਰਾਜ ਨੇ ਜਿੱਥੇ ਵਿਧਾਨ ਸਭਾ, ਵਿਧਾਨ ਮੰਡਲ ਦੇ 2 ਸਦਨ ਨੇ, ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ। ਜਿਹੜੇ ਰਾਜ ਵਿੱਚ ਵਿਧਾਨ ਪ੍ਰੀਸ਼ਦ ਹੁੰਦੀ ਹੈ ਉਸ ਨਾਲ ਸੰਬੰਧਿਤ ਸੰਵਿਧਾਨਕ ਵਿਵਸਥਾਵਾਂ ਕੀ ਨੇ, ਇਸ ਕੁਐਸਚਨ ਦੇ ਵਿੱਚ ਅਸੀਂ ਇਹ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤਾਂ ਹੈ ਵਿਧਾਨ ਪ੍ਰੀਸ਼ਦ ਨੂੰ ਸਥਾਪਿਤ ਕਰਨਾ ਜਾਂ ਸਮਾਪਤ ਕਰਨਾ, ਇਹ ਕਿਵੇਂ ਕੀਤਾ ਜਾ ਸਕਦਾ। ਅਸੀਂ ਹੁਣ ਇੱਕ ਚਰਚਾ ਕਰਕੇ ਹਟੇ ਹਾਂ ਕਿ ਹਰ ਰਾਜ ਵਿੱਚ ਵਿਧਾਨ ਪ੍ਰੀਸ਼ਦ ਨਹੀਂ ਹੁੰਦੀ। ਵਿਧਾਨ ਪ੍ਰੀਸ਼ਦ ਰੱਖਣਾ ਜਾਂ ਵਿਧਾਨ ਪ੍ਰੀਸ਼ਦ ਨਾ ਰੱਖਣਾ ਜਾਂ ਵਿਧਾਨ ਪ੍ਰੀਸ਼ਦ ਕ੍ਰੀਏਟ ਕਰਨਾ, ਉਹ ਰਾਜ ਦੇ ਲੋਕਾਂ ਦੀ ਇੱਛਾ ਹੁੰਦੀ ਹੈ। ਪਰੰਤੂ ਰਾਜ ਦੇ ਲੋਕ ਇਸ ਸ਼ਕਤੀ ਦੀ ਵਰਤੋਂ ਡਾਇਰੈਕਟ ਤੌਰ 'ਤੇ ਆਪ ਨਹੀਂ ਕਰਦੇ। ਹਰ ਰਾਜ ਦੇ ਵਿੱਚ ਸਾਨੂੰ ਪਤਾ ਵਿਧਾਨ ਸਭਾ ਹੁੰਦੀ ਆ। ਜੇ ਵਿਧਾਨ ਸਭਾ ਚਾਹੇ ਤਾਂ ਵਿਧਾਨ ਸਭਾ ਮਤਾ ਪਾਸ ਕਰ ਸਕਦੀ ਹੈ ਕਿ ਸਾਡੇ ਰਾਜ ਵਿੱਚ ਵਿਧਾਨ ਪ੍ਰੀਸ਼ਦ ਸਥਾਪਿਤ ਕੀਤੀ ਜਾਵੇ। ਜਦੋਂ ਵਿਧਾਨ ਸਭਾ ਇਹ ਮਤਾ ਪਾਸ ਕਰ ਦਿੰਦੀ ਆ ਤਾਂ ਪਾਰਲੀਮੈਂਟ ਕਾਨੂੰਨ ਬਣਾ ਕੇ ਉਸ ਰਾਜ ਵਿੱਚ ਵਿਧਾਨ ਪ੍ਰੀਸ਼ਦ ਸਥਾਪਿਤ ਕਰ ਸਕਦੀ ਹੈ। ਜਿਸ ਰਾਜ ਦੇ ਵਿੱਚ ਵਿਧਾਨ ਪ੍ਰੀਸ਼ਦ ਹੋਵੇ ਉਸ ਰਾਜ ਦੀ ਵਿਧਾਨ ਸਭਾ ਇਹ ਮਤਾ ਪਾਸ ਕਰ ਦੇਵੇ ਆਪਣੀ 2/3 ਮੈਜੋਰਟੀ ਨਾਲ ਕਿ ਸਾਨੂੰ ਵਿਧਾਨ ਪ੍ਰੀਸ਼ਦ ਦੀ ਜ਼ਰੂਰਤ ਨਹੀਂ ਹੈ, ਤਾਂ ਸੰਸਦ ਕਾਨੂੰਨ ਬਣਾ ਕੇ ਉੱਥੋਂ ਦੀ ਵਿਧਾਨ ਪ੍ਰੀਸ਼ਦ ਨੂੰ ਖਤਮ ਕਰ ਦਿੰਦੀ ਹੈ। ਇਸ ਤਰ੍ਹਾਂ ਵਿਧਾਨ ਪ੍ਰੀਸ਼ਦ ਦੀ ਸਮਾਪਤੀ ਅਤੇ ਸਥਾਪਤੀ ਦੋਵੇਂ ਹੀ ਸੰਬੰਧਿਤ ਰਾਜ ਦੀ ਵਿਧਾਨ ਸਭਾ ਦੇ ਜਿਹੜੇ ਮੈਂਬਰ ਨੇ, ਵਿਧਾਨ ਸਭਾ ਜਿਹੜੀ ਹੈ ਉਸ ਦੇ ਹੱਥ ਵਿੱਚ ਹੈ। ਇਹ 2/3 ਬਹੁਮਤ ਦਾ ਕੀ ਭਾਵ ਹੈ ਇੱਥੇ? ਜੇ ਅਸੀਂ ਮੰਨ ਲਈਏ ਕਿ ਕਿਸੇ ਰਾਜ ਦੀ ਵਿਧਾਨ ਸਭਾ 'ਚ 200 ਮੈਂਬਰ ਨੇ, ਜਿਸ ਦਿਨ ਵਿਧਾਨ ਪ੍ਰੀਸ਼ਦ ਨਾਲ ਸੰਬੰਧਿਤ ਵਿਸ਼ੇ 'ਤੇ ਚਰਚਾ ਹੋਈ ਹੈ ਵੋਟਾਂ ਪਈਆਂ ਨੇ, 150 ਮੈਂਬਰਾਂ ਨੇ ਵੋਟਾਂ ਪਾਈਆਂ ਨੇ, ਅਤੇ ਫਿਰ ਲੋੜੀਂਦਾ ਬਹੁਮਤ ਕੀ ਹੋਊਗਾ? ਜੇ ਵਿਧਾਨ ਪ੍ਰੀਸ਼ਦ ਕ੍ਰੀਏਟ ਕਰਨੀ ਹੋਵੇ ਜਾਂ ਐਬੋਲਿਸ਼ ਕਰਨੀ ਹੋਵੇ, ਲੋੜੀਂਦਾ ਬਹੁਮਤ ਹੋਊਗਾ (2/3) ਇਹਦਾ ਮਤਲਬ 100 ਮੈਂਬਰ ਨੇ ਜਿਹੜੇ ਮਤੇ ਦੇ ਹੱਕ ਵਿੱਚ ਹੋਣ, ਤਾਂ ਵਿਧਾਨ ਪ੍ਰੀਸ਼ਦ ਨੂੰ ਸਥਾਪਿਤ ਕਰਨ ਦਾ ਜਾਂ ਸਮਾਪਤ ਕਰਨ ਦਾ ਮਤਾ ਵਿਧਾਨ ਸਭਾ ਪਾਸ ਕਰ ਸਕਦੀ ਹੈ। ਜਿਸ ਰਾਜ ਵਿੱਚ ਵਿਧਾਨ ਪ੍ਰੀਸ਼ਦ ਹੁੰਦੀ ਹੈ ਉਸ ਦੇ ਵਿੱਚ ਵਿਧਾਨ ਪ੍ਰੀਸ਼ਦ ਦੀ ਰਚਨਾ ਕਿਸ ਤਰ੍ਹਾਂ ਦੀ ਹੋਏਗੀ? ਸਭ ਤੋਂ ਪਹਿਲਾਂ ਤਾਂ ਕੁੱਲ ਮੈਂਬਰ ਕਿੰਨੇ ਹੋਣਗੇ ਵਿਧਾਨ ਪ੍ਰੀਸ਼ਦ ਦੇ ਵਿੱਚ? ਸਾਡਾ ਸੰਵਿਧਾਨ ਕਹਿੰਦਾ ਕਿ ਸੰਬੰਧਿਤ ਰਾਜ ਦੀ ਵਿਧਾਨ ਸਭਾ ਦੇ ਜਿੰਨੇ ਮੈਂਬਰ ਨੇ ਉਸ ਦਾ 1/3 ਭਾਗ ਹੋਣਗੇ, ਭਾਵ ਜੇ 300 ਮੈਂਬਰ ਹੈ ਤਾਂ 100 ਮੈਂਬਰ ਹੋਊਗਾ, ਪਰ ਨਾਲ ਕੰਡੀਸ਼ਨ ਇਹ ਵੀ ਆ ਕਿ ਘੱਟੋ ਘੱਟ 40 ਮੈਂਬਰ ਜ਼ਰੂਰ ਹੋਣਗੇ। ਇਸ ਨੂੰ ਅਸੀਂ ਇੱਕ ਐਗਜ਼ਾਮਪਲ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਅਸੀਂ ਮੰਨ ਲਈਏ ਕਿ ਕਿਸੇ ਰਾਜ ਦੀ ਵਿਧਾਨ ਸਭਾ ਵਿੱਚ 120 ਮੈਂਬਰ ਨੇ, ਤਾਂ ਉਸ ਰਾਜ ਦਾ 120 ਦਾ 1/3 ਬਣਦਾ ਹੈ 40, ਇਸ ਲਈ ਉਸ ਰਾਜ ਦੇ ਵਿਧਾਨ ਪ੍ਰੀਸ਼ਦ ਦੇ ਮੈਂਬਰ 40 ਹੋਣਗੇ। ਪਰੰਤੂ ਜੇ ਕਿਸੇ ਰਾਜ ਦੀ ਵਿਧਾਨ ਸਭਾ ਵਿੱਚ ਸਿਰਫ 100 ਮੈਂਬਰ ਨੇ, ਤਾਂ ਵੀ ਉਸ ਰਾਜ ਵਿੱਚ ਵਿਧਾਨ ਪ੍ਰੀਸ਼ਦ ਕ੍ਰੀਏਟ ਕੀਤੀ ਜਾਂਦੀ ਹੈ ਤਾਂ ਉਹਦੇ 40 ਮੈਂਬਰ ਜ਼ਰੂਰ ਹੋਣਗੇ, ਕਿਉਂਕਿ 40 ਮੈਂਬਰ ਘੱਟੋ ਘੱਟ ਹੋਣੇ ਜ਼ਰੂਰੀ ਨੇ। ਜੇ 180 ਮੈਂਬਰ ਬਣ ਲਈਏ ਅਸੀਂ ਕਿਸੇ ਵਿਧਾਨ ਸਭਾ ਵਿੱਚ, ਤਾਂ ਉਸ ਰਾਜ ਵਿੱਚ 180 ਨੂੰ 3/3 ਡਿਵਾਈਡ ਕੀਤਾ 60 ਮੈਂਬਰ ਵਿਧਾਨ ਪ੍ਰੀਸ਼ਦ ਦੇ ਹੋਣਗੇ। ਇਸੇ ਤਰ੍ਹਾਂ 300 ਮੈਂਬਰਾਂ ਵਾਲੀ ਵਿਧਾਨ ਸਭਾ ਵਾਲੇ ਰਾਜ ਵਿੱਚ 100 ਮੈਂਬਰ ਵਿਧਾਨਕ ਪ੍ਰੀਸ਼ਦ ਦੇ ਹੋਣਗੇ। ਇਸ ਤਰ੍ਹਾਂ ਕੁੱਲ ਗਿਣਤੀ ਹੈ ਜਿਹੜੀ ਮੈਂਬਰਾਂ ਦੀ ਉਹ ਤੈਅ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਹੈ ਕਿ ਜਿਹੜੇ ਕੁੱਲ ਮੈਂਬਰ ਨੇ ਵਿਧਾਨ ਪ੍ਰੀਸ਼ਦ ਦੇ, ਉਹਨਾਂ ਦੀ ਉਹ ਕਿਹੜੇ ਕਿਹੜੇ ਖੇਤਰਾਂ ਵਿੱਚੋਂ ਚੁਣੇ ਜਾਣਗੇ। ਜਿਹੜੇ ਮੈਂਬਰ ਚੁਣੇ ਜਾਂਦੇ ਨੇ, ਜੇ ਅਸੀਂ ਮੰਨ ਲਈਏ ਕਿ ਕਿਸੇ ਵਿਧਾਨ ਪ੍ਰੀਸ਼ਦ ਦੇ ਕੁੱਲ ਮੈਂਬਰਾਂ ਦੀ ਗਿਣਤੀ 60 ਨਿਸ਼ਚਿਤ ਕੀਤੀ ਹੈ, ਤਾਂ ਅਸੀਂ ਦੇਖਦੇ ਹਾਂ ਕਿ ਕਿਹੜੇ ਕਿਹੜੇ ਵਰਗ 'ਚੋਂ ਉਹ ਮੈਂਬਰ ਚੁਣੇ ਜਾਣਗੇ। ਸਥਾਨਕ ਸਰਕਾਰਾਂ ਭਾਵ ਮਿਊਂਸੀਪਲ ਕਮੇਟੀਆਂ, ਪੰਚਾਇਤਾਂ, ਜ਼ਿਲ੍ਹਾ ਪ੍ਰੀਸ਼ਦਾਂ, ਜਿਹੜੀਆਂ ਵੀ ਕਾਨੂੰਨ 'ਚ ਦੱਸੀਆਂ ਹੋਣ ਕਿ ਕਿਹੜੇ ਕਿਹੜੇ ਮੈਂਬਰ ਵੋਟ ਪਾ ਸਕਦੇ ਨੇ, ਇਸ 60 ਦਾ 1/3 ਹਿੱਸਾ ਇਹਨਾਂ ਸਥਾਨਕ ਸਰਕਾਰਾਂ ਦੇ ਪ੍ਰਤੀਨਿਧੀਆਂ ਦੁਆਰਾ ਚੁਣਿਆ ਜਾਏਗਾ, ਭਾਵ 20 ਮੈਂਬਰ ਨੇ ਜਿਹੜੇ ਲੋਕਲ ਗਵਰਨਮੈਂਟ ਦੇ ਰੀਪ੍ਰਜੈਂਟੇਟਿਵ ਚੁਣੇ। ਦੂਸਰੀ ਕੈਟੇਗਰੀ ਹੈ ਇਹਦੇ ਵਿੱਚ ਰਾਜ ਵਿੱਚ ਰਹਿਣ ਵਾਲੇ ਗ੍ਰੈਜੂਏਟਸ। ਗ੍ਰੈਜੂਏਟ ਭਾਵ ਕਿਸੇ ਨੇ BA ਕੀਤੀ ਆ, BSC ਕੀਤੀ ਆ, MBBS ਕੀਤੀ ਆ, ਕੋਈ ਵੀ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ ਆ,
ਕੀਤੀ, ਚਾਹੇ ਇੰਡੀਆ ਦੇ ਵਿੱਚ ਕਿਤੋਂ ਵੀ ਆ, ਕਿਸੇ ਵੀ ਸਟੇਟ 'ਚੋਂ ਕੀਤੀ ਹੈ, ਪਰ ਉਸ ਰਾਜ ਦਾ ਉਹ ਵਿਅਕਤੀ ਵਾਸੀ ਹੈ, ਤਾਂ 1/12 ਮੈਂਬਰ ਨੇ ਜਿਹੜੇ ਅਜਿਹੇ ਵਿਅਕਤੀਆਂ ਦੁਆਰਾ ਚੁਣੇ ਜਾਂਦੇ ਨੇ। 1/12 60 ਦੇ ਵਿੱਚੋਂ ਬਣੇਗਾ 5 ਮੈਂਬਰ। ਤੀਸਰੀ ਕੈਟੇਗਰੀ ਹੈ ਉਸ ਰਾਜ ਦੇ ਵਿੱਚ ਜਿਹੜੇ ਪੜ੍ਹਾ ਰਹੇ ਅਧਿਆਪਕ ਨੇ, ਟੀਚਰਸ ਨੇ, ਜਿਹੜੇ ਘੱਟੋ ਘੱਟ ਸੀਨੀਅਰ ਸੈਕੰਡਰੀ ਕਲਾਸਿਸ ਨੂੰ ਪੜ੍ਹਾ ਰਹੇ ਨੇ। ਉਹ ਵਿਅਕਤੀ ਚਾਹੇ ਕਿਸੇ ਹੋਰ ਰਾਜ ਦੇ ਵਾਸੀ ਹੋਣ, ਪਰੰਤੂ ਜੇ ਉਸ ਰਾਜ ਦੀ ਕਿਸੇ ਸਿੱਖਿਆ ਸੰਸਥਾ ਵਿੱਚ ਪੜ੍ਹਾ ਰਹੇ ਨੇ ਜਿਸ ਦੀ ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਹੋਣੀ ਹੈ, ਤਾਂ ਉਹ ਵੀ ਵੋਟ ਪਾ ਸਕਦੇ ਨੇ। ਉਹਨਾਂ ਦੇ ਹਲਕੇ 'ਚੋਂ 1/12 ਮੈਂਬਰ ਭਾਵ 5 ਮੈਂਬਰ ਚੁਣੇ ਜਾਣਗੇ, ਜੇ 60 ਮੈਂਬਰਾਂ ਵਾਲੀ ਵਿਧਾਨਕ ਪਰਿਸ਼ਦ ਹੈ। ਚੌਥੀ ਕੈਟੇਗਰੀ ਹੈ ਰਾਜ ਦੀ ਵਿਧਾਨ ਸਭਾ। ਵਿਧਾਨ ਸਭਾ ਦੇ ਮੈਂਬਰ ਨੇ ਜਿਹੜੇ, ਇਹਨਾਂ 60 ਮੈਂਬਰਾਂ ਦਾ 1/3 ਹਿੱਸਾ ਚੁਣਦੇ ਨੇ, ਭਾਵ 20 ਮੈਂਬਰ ਵਿਧਾਨ ਸਭਾ ਦੇ ਮੈਂਬਰ ਦੁਆਰਾ ਚੁਣਿਆ ਜਾਵੇਗਾ। ਵਿਧਾਨ ਸਭਾ ਦੇ ਮੈਂਬਰ ਆਪਣੇ ਤੋਂ ਬਿਨਾਂ ਕਿਸੇ ਹੋਰ ਨੂੰ ਇਲੈਕਟ ਕਰ ਸਕਦੇ ਨੇ। ਆਪਣੇ 'ਚੋਂ ਵਿਧਾਨ ਸਭਾ ਦੇ ਕਿਸੇ ਮੈਂਬਰ ਨੂੰ MLC ਲੈਜਿਸਲੇਟਿਵ ਕੌਂਸਲ ਦਾ ਮੈਂਬਰ ਨਹੀਂ ਚੁਣਿਆ ਜਾ ਸਕਦਾ, ਕਿ ਬਾਹਰਲੇ ਵਿਅਕਤੀਆਂ ਦੇ ਵਿੱਚੋਂ ਕਿਸੇ ਨੂੰ ਚੁਣਿਆ ਜਾ ਸਕਦਾ। ਇਹ ਸਾਰੀ ਗਿਣਤੀ ਕਰਕੇ ਜੋ ਬਕਾਇਆ ਬਚਦਾ ਉਹ ਤਕਰੀਬਨ 1/6 ਹਿੱਸਾ ਬਚਦਾ। ਰਾਜਪਾਲ ਦੁਆਰਾ ਇਹ ਸਾਰੇ ਵਿਅਕਤੀ ਨਾਮਜ਼ਦ ਕੀਤੇ ਜਾਂਦੇ ਨੇ, ਜਿਨ੍ਹਾਂ ਨੇ ਲਿਟਰੇਚਰ, ਆਰਟ, ਸੋਸ਼ਲ ਸਰਵਿਸ, ਕੋਆਪਰੇਟਿਵ ਮੂਵਮੈਂਟ, ਇਹਨਾਂ ਵਿੱਚ ਕਿਸੇ ਖੇਤਰ ਵਿੱਚ ਕੋਈ ਵਿਸ਼ੇਸ਼ ਨਾਮਣਾ ਖੱਟੀ ਹੋਵੇ, ਕੋਈ ਵਿਸ਼ੇਸ਼ ਕੰਮ ਕੀਤਾ ਹੋਵੇ, ਸੇਵਾ ਕੀਤੀ ਹੋਵੇ, ਇਹਨਾਂ ਕੈਟੇਗਰੀ ਦੇ ਵਿੱਚੋਂ ਇਹ 10 ਮੈਂਬਰ ਨੇ ਜਿਹੜੇ ਗਵਰਨਰ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ। ਮੈਂਬਰਾਂ ਦੀ ਚੋਣ ਕਿਵੇਂ ਹੁੰਦੀ ਹੈ? ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਜਿਸ ਤਰ੍ਹਾਂ ਅਸੀਂ ਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕਰਦੇ ਹਾਂ, ਉਸ ਤਰ੍ਹਾਂ ਨਹੀਂ ਹੁੰਦੀ। ਪਹਿਲਾਂ 4 ਤਰ੍ਹਾਂ ਦੇ ਹਲਕਿਆਂ ਦੇ ਵਿੱਚੋਂ ਮੈਂਬਰ ਚੁਣੇ ਜਾਂਦੇ ਨੇ। ਅਸੀਂ ਹੁਣ ਗੱਲ ਕਰਕੇ ਹਟੇ ਹਾਂ ਕਿ 4 ਤਰ੍ਹਾਂ ਦੇ ਹਲਕੇ ਨੇ ਜਿਹੜੇ ਉਹ ਬਣਦੇ ਨੇ। ਇੱਕ ਤਾਂ ਸਥਾਨਕ ਸਰਕਾਰ ਹਲਕਾ, ਇਹਦੇ ਵਿੱਚ ਜਿੰਨੀਆਂ ਸੀਟਾਂ ਸਥਾਨਕ ਸਰਕਾਰਾਂ ਨੂੰ ਦਿੱਤੀਆਂ ਨੇ, ਸਥਾਨਕ ਸਰਕਾਰਾਂ ਦੇ ਮੈਂਬਰ ਵੋਟਾਂ ਪਾਉਣਗੇ, ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਕਰਨਗੇ। ਦੂਸਰਾ ਗ੍ਰੈਜੂਏਟ ਹਲਕਾ, ਤੀਸਰਾ ਅਧਿਆਪਕ ਹਲਕਾ, ਚੌਥਾ MLA ਹਲਕਾ। ਇਹ 4 ਤਰ੍ਹਾਂ ਦੇ ਹਲਕੇ ਹੋਣਗੇ। ਇਹਨਾਂ ਹਲਕਿਆਂ ਦੇ ਵਿੱਚੋਂ ਵਿਧਾਨ ਪਰਿਸ਼ਦ ਦੇ ਮੈਂਬਰ ਜਿੰਨੇ ਜਿੰਨੇ ਕੋਟਾ ਲੱਗਿਆ ਹੋਇਆ ਇਹਨਾਂ ਹਲਕਿਆਂ ਨੂੰ, ਅਸੀਂ ਪਿਛਲੀ ਸਲਾਈਡ ਦੁਆਰਾ ਦੇਖਦੇ ਹਾਂ ਇੱਕ ਵਾਰੀ। ਜਿੰਨਾ ਵੀ ਕੋਟਾ ਲੱਗਿਆ ਹੋਇਆ, ਜਿਵੇਂ ਸਥਾਨਕ ਸਰਕਾਰਾਂ ਦੇ 20, ਗ੍ਰੈਜੂਏਟਸ ਦੇ 5, ਟੀਚਰਸ ਦੇ 5, ਵਿਧਾਨ ਸਭਾ ਦੇ 20, ਇਸ ਤਰ੍ਹਾਂ ਇਹ ਮੈਂਬਰ ਨੇ ਜਿਹੜੇ ਇਹਨਾਂ ਹਲਕਿਆਂ ਦੇ ਵਿੱਚੋਂ ਚੁਣੇ ਜਾਂਦੇ ਨੇ। ਫਿਰ ਜਿਹੜੀ ਇਹਨਾਂ ਦੀ ਚੋਣ ਹੈ ਵਿਧਾਨਕ ਪਰਿਸ਼ਦ ਦੇ ਮੈਂਬਰਾਂ ਦੀ, ਉਹ ਚੋਣ ਅਨੁਪਾਤਕ ਪ੍ਰਤੀਨਿਧਤਾ ਪ੍ਰਣਾਲੀ ਦੀ ਇਕਹਿਰੀ ਬਦਲਵੀਂ ਵੋਟ ਵਿਧੀ ਨਾਲ ਕੀਤੀ ਜਾਂਦੀ ਹੈ। ਇਕਹਿਰੀ ਬਦਲਵੀਂ ਵੋਟ ਵਿਧੀ ਦਾ ਭਾਵ ਹੈ, ਜਿਸ ਤਰ੍ਹਾਂ ਅਸੀਂ ਆਮ ਬੈਲਟ ਪੇਪਰ 'ਤੇ ਵੋਟ ਪਾਉਂਦੇ ਹਾਂ ਕਿ ਸਾਡੀ ਪਸੰਦ ਦਾ ਇਹ ਕੈਂਡੀਡੇਟ ਹੈ, ਅਸੀਂ ਇਹਦੇ ਸਾਹਮਣੇ ਸਟੈਂਪ ਲਾਉਂਦੇ ਹਾਂ ਅਤੇ ਸਾਡੀ ਵੋਟ ਇਸ ਵਿਅਕਤੀ ਨੂੰ ਚਲੀ ਜਾਂਦੀ ਹੈ, ਜਾਂ ਸਾਹਮਣੇ ਵਾਲਾ ਮਸ਼ੀਨ 'ਤੇ ਵੋਟ ਪਾ ਰਿਹਾ ਬਟਨ ਦਬਾਉਂਦੇ ਹਾਂ। ਪਰੰਤੂ ਜਿਹੜੀ ਵਿਧਾਨ ਪਰਿਸ਼ਦ ਦੇ ਮੈਂਬਰ ਦੀ ਚੋਣ ਹੈ, ਉਹ ਬੈਲਟ ਪੇਪਰ 'ਤੇ ਤਰਜੀਹਾਂ ਦਰਜ ਕਰਨੀਆਂ ਪੈਂਦੀਆਂ ਨੇ। ਜਿਹੜਾ ਵੀ ਵਿਅਕਤੀ ਵੋਟ ਪਾ ਰਿਹਾ ਉਹ ਤਰਜੀਹਾਂ ਭਾਵ ਪ੍ਰੈਫਰੈਂਸਿਸ ਐਂਟਰ ਕਰੇਗਾ ਕਿ ਮੇਰੀ ਪਹਿਲੀ ਤਰਜੀਹ ਇਹ ਆ, ਦੂਜੀ ਇਹ ਆ, ਤੀਜੀ ਇਹ ਆ, ਚੌਥੀ ਇਹ ਆ। ਇਸ ਤਰ੍ਹਾਂ ਜਿੰਨੇ ਮੈਂਬਰ ਖੜ੍ਹੇ ਹੁੰਦੇ ਨੇ ਉਹਨਾਂ ਨੂੰ ਅੱਗੇ ਹੈ। ਵਿਧਾਨ ਪਰਿਸ਼ਦ ਦੀ ਮਿਆਦ, ਵਿਧਾਨ ਪਰਿਸ਼ਦ ਇੱਕ ਪਰਮਾਨੈਂਟ ਹਾਊਸ ਹੈ, ਇਹ ਕਦੇ ਭੰਗ ਨਹੀਂ ਹੁੰਦਾ। ਜਦੋਂ ਇਹ ਹੋਂਦ ਵਿੱਚ ਆ ਜਾਂਦਾ ਅਤੇ ਜਿੰਨਾ ਚਿਰ ਇਹ ਅਬੋਲਿਸ਼ ਨਹੀਂ ਕੀਤਾ ਜਾਂਦਾ ਪਾਰਲੀਮੈਂਟ ਦੁਆਰਾ ਕਾਨੂੰਨ ਪਾਸ ਕਰਕੇ, ਉਹਨਾਂ ਚਿਰ ਇਹ ਲਗਾਤਾਰ ਚੱਲਦਾ ਰਹਿੰਦਾ। ਵਿਧਾਨ ਸਭਾ ਵਾਂਗ ਇਹ ਭੰਗ ਨਹੀਂ ਹੁੰਦਾ, ਜਿਵੇਂ ਵਿਧਾਨ ਸਭਾ 5 ਸਾਲ ਬਾਅਦ ਭੰਗ ਹੋ ਜਾਂਦੀ ਹੈ। ਪਰੰਤੂ ਇਹਦੇ 1/3 ਮੈਂਬਰ ਨੇ ਜਿਹੜੇ ਹਰ 2 ਸਾਲ ਬਾਅਦ ਰਿਟਾਇਰ ਹੁੰਦੇ ਰਹਿੰਦੇ ਨੇ। ਜੇ ਅਸੀਂ ਮੰਨ ਲਈਏ ਕਿ ਕਿਸੇ ਵਿਧਾਨ ਪਰਿਸ਼ਦ ਦਾ ਗਠਨ 2020 ਵਿੱਚ ਕੀਤਾ ਗਿਆ ਅਤੇ ਉਹਦੇ 75 ਮੈਂਬਰ ਨੇ, ਤਾਂ ਅਸੀਂ ਦੇਖਦੇ ਹਾਂ ਕਿ ਇਸ ਗਿਣਤੀ ਦੇ ਮੁਤਾਬਕ ਉਸ 2022 ਵਿੱਚ ਉਸਦੇ 25 ਮੈਂਬਰ ਰਿਟਾਇਰ ਹੋ ਜਾਣਗੇ। ਪਹਿਲਾਂ ਕਿਹੜੇ 25 ਮੈਂਬਰ ਰਿਟਾਇਰ ਹੋਣਗੇ? ਇਹਨਾਂ 75 ਮੈਂਬਰਾਂ 'ਚੋਂ ਉਹ ਕਿਸੇ ਵੀ ਤਰੀਕੇ ਨਾਲ, ਜਿਵੇਂ ਲਾਟਰੀ ਵਾਲੇ ਤਰੀਕੇ ਨਾਲ ਤੈਅ ਕੀਤਾ ਜਾ ਸਕਦਾ ਕਿ ਇਹ 25 ਮੈਂਬਰ ਰਿਟਾਇਰ ਹੋਣਗੇ। ਫਿਰ 2024 ਦੇ ਵਿੱਚ 25 ਮੈਂਬਰ ਫਿਰ ਰਿਟਾਇਰ ਹੋ ਜਾਣਗੇ। ਇਹ ਜਿਹੜੇ ਬਾਕੀ 50 ਮੈਂਬਰ ਬਚ ਗਏ ਇਹਨਾਂ 75 'ਚੋਂ, ਉਹਨਾਂ ਵਿੱਚੋਂ ਲਾਟਰੀ ਨਾਲ ਸਿਲੈਕਟ ਕੀਤੇ ਜਾ ਸਕਦੇ ਨੇ। ਜਿਹੜੇ ਲਾਸਟ 25 ਬਚ ਗਏ ਉਹ 2026 ਵਿੱਚ ਰਿਟਾਇਰ ਹੋਣਗੇ। ਇਸ ਤਰ੍ਹਾਂ ਹਰ 2 ਸਾਲ ਬਾਅਦ 1/3 ਮੈਂਬਰ ਰਿਟਾਇਰ ਹੁੰਦੇ ਜਾਂਦੇ ਨੇ, ਉਹਨਾਂ ਦੀ ਥਾਂ 'ਤੇ ਨਵੇਂ ਮੈਂਬਰ ਆਉਂਦੇ ਜਾਂਦੇ ਨੇ। ਫਿਰ 2028 ਦੇ ਵਿੱਚ ਜਿਹੜੇ ਮੈਂਬਰ ਸਭ ਤੋਂ ਪਹਿਲਾਂ 2022 ਦੇ ਵਿੱਚ ਰਿਟਾਇਰ ਹੋ ਕੇ ਨਵੇਂ ਮੈਂਬਰ ਭਰਤੀ ਕੀਤੇ ਗਏ ਸੀ, ਉਹ ਮੈਂਬਰ ਨੇ ਜਿਹੜੇ 2022 ਦੇ ਵਿੱਚ ਰਿਟਾਇਰ ਹੋ ਜਾਣਗੇ। ਜਿਹੜੇ 2024 ਦੇ ਵਿੱਚ ਭਰਤੀ ਕੀਤੇ ਸੀ ਉਹ 2030 ਦੇ ਵਿੱਚ ਰਿਟਾਇਰ ਹੋ ਜਾਣਗੇ। ਇਸ ਤਰ੍ਹਾਂ ਹਰ ਮੈਂਬਰ ਦੀ ਜਿਹੜੀ ਰਿਟਾਇਰਮੈਂਟ ਦੀ ਵਾਰੀ ਹੈ ਉਹ ਆਪਣੇ ਮੈਂਬਰ ਬਣਨ ਤੋਂ 6 ਸਾਲ ਬਾਅਦ ਆਉਂਦੀ ਹੈ, ਪਰ ਜਿਹੜਾ ਹਾਊਸ ਪੂਰੇ ਦਾ ਪੂਰਾ ਹਾਊਸ ਆ ਉਹ ਕਦੇ ਭੰਗ ਨਹੀਂ ਹੁੰਦਾ।
ਐਮਐਲਸੀ ਜਾਂ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਬਣਨ ਲਈ ਕਿਹੜੀਆਂ ਕਿਹੜੀਆਂ ਯੋਗਤਾਵਾਂ ਚਾਹੀਦੀਆਂ ਨੇ ਸੰਵਿਧਾਨ ਦੇ ਅਨੁਸਾਰ? ਦੋ ਯੋਗਤਾਵਾਂ ਸੰਵਿਧਾਨ ਨੇ ਰੱਖੀਆਂ ਨੇ, ਉਹ ਯੋਗਤਾਵਾਂ ਨੇ ਭਾਰਤ ਦਾ ਨਾਗਰਿਕ ਹੋਵੇ ਅਤੇ ਉਸਦੀ ਉਮਰ 30 ਸਾਲ ਤੋਂ ਘੱਟ ਨਾ ਹੋਵੇ। ਇਹ ਦੋ ਯੋਗਤਾਵਾਂ ਰੱਖੀਆਂ ਨੇ ਅਤੇ ਇੱਕ ਯੋਗਤਾ ਹੈ ਕਿ ਨਾਗਰਿਕ ਹੋਣ ਦੇ ਨਾਲ ਨਾਲ ਕਿ ਉਹ ਭਾਰਤੀ ਸੰਵਿਧਾਨ ਵਿੱਚ ਭਰੋਸੇ ਅਤੇ ਵਫ਼ਾਦਾਰੀ ਦੀ ਸਹੁੰ ਚੁੱਕੇ। ਅਤੇ ਇਸ ਤੋਂ ਬਿਨਾਂ ਸੰਵਿਧਾਨ ਨੇ ਸੰਸਦ ਨੂੰ ਅਧਿਕਾਰ ਦਿੱਤਾ ਕਿ ਹੋਰ ਯੋਗਤਾਵਾਂ ਨਿਸ਼ਚਿਤ ਕਰ ਸਕਦੀ ਹੈ। ਸੰਸਦ ਨੇ ਆਪਣੇ ਇਸ ਅਧਿਕਾਰ ਦੀ ਵਰਤੋਂ ਕਰਦੇ ਹੋਏ ਦੋ ਹੋਰ ਯੋਗਤਾਵਾਂ ਨਿਸ਼ਚਿਤ ਕੀਤੀਆਂ ਨੇ ਜਿਹੜੀਆਂ ਅਲੱਗ ਅਲੱਗ ਕੈਟੇਗਰੀ ਵਿੱਚ ਇੱਕ ਇੱਕ ਨੇ। ਜਿਹੜੇ ਵਿਅਕਤੀਆਂ ਦੀ ਚੋਣ ਕੀਤੀ ਜਾਣੀ ਹੈ, ਚਾਰ ਹਲਕੇ ਅਸੀਂ ਦੇਖਿਆ ਵੀ ਗ੍ਰੈਜੂਏਟ ਹਲਕਾ ਹੁੰਦਾ, ਟੀਚਰ ਦਾ ਹਲਕਾ ਹੁੰਦਾ, ਸਥਾਨਕ ਸਰਕਾਰਾਂ ਦਾ ਹਲਕਾ, MLA ਦਾ ਹਲਕਾ ਹੁੰਦਾ। ਇਹਨਾਂ ਚਾਰਾਂ ਕੈਟੇਗਰੀ ਦੇ ਵਿੱਚੋਂ ਜਿਹੜੇ ਵਿਅਕਤੀ ਦੀ ਚੋਣ ਕੀਤੀ ਜਾਣੀ ਹੈ, ਉਸ ਵਿਅਕਤੀ ਦਾ ਨਾਂ ਜਿਹੜਾ ਇਲੈਕਸ਼ਨ ਲੜ ਰਿਹਾ ਕਿਸੇ ਵੀ ਵਿਧਾਨ ਸਭਾ ਹਲਕੇ 'ਚ ਵੋਟਰ ਦੇ ਤੌਰ 'ਤੇ ਦਰਜ ਹੋਵੇ, ਭਾਵ ਉਸ ਵਿਅਕਤੀ ਦੀ ਜਿਹੜਾ ਚੋਣ ਲੜ ਰਿਹਾ MLC ਦੀ, ਉਸ ਦੀ ਉਸ ਰਾਜ ਵਿੱਚ ਵੋਟ ਬਣੀ ਹੋਈ ਹੋਣੀ ਚਾਹੀਦੀ ਹੈ। ਅਤੇ ਦੂਸਰੀ ਕੰਡੀਸ਼ਨ ਹੈ ਉਹਨਾਂ ਲੋਕਾਂ ਲਈ ਜਿਹੜੇ ਰਾਜਪਾਲ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ, ਨੋਮੀਨੇਟ ਕੀਤੇ ਜਾਂਦੇ ਨੇ, ਇਹਨਾਂ ਲਈ ਵੋਟ ਦੀ ਜ਼ਰੂਰਤ ਨਹੀਂ। ਇਹਨਾਂ ਲਈ ਜ਼ਰੂਰਤ ਹੈ ਕਿ ਉਹ ਵਿਅਕਤੀ ਉਸ ਰਾਜ ਦਾ ਵਾਸੀ ਹੋਣਾ ਚਾਹੀਦਾ ਜਿਸ ਵਿਅਕਤੀ ਨੂੰ ਨੋਮੀਨੇਟ ਕੀਤਾ ਜਾ ਰਿਹਾ। ਇਸ ਤਰ੍ਹਾਂ ਦੋ ਯੋਗਤਾਵਾਂ ਸੰਵਿਧਾਨ ਨੇ ਰੱਖੀਆਂ ਨੇ, ਨਾਗਰਿਕ ਹੋਵੇ ਭਾਰਤ ਦਾ, ਸੰਵਿਧਾਨ 'ਚ ਭਰੋਸਾ ਰੱਖੀ, ਉਹਦੀ ਉਮਰ 30 ਸਾਲ ਤੋਂ ਘੱਟ ਨਾ ਹੋਵੇ। ਦੋ ਯੋਗਤਾਵਾਂ ਸੰਸਦ ਨੇ ਰੱਖੀਆਂ ਨੇ, ਇੱਕ ਚੁਣੇ ਹੋਏ ਮੈਂਬਰਾਂ ਸੰਬੰਧੀ, ਇੱਕ ਨੋਮੀਨੇਟ ਹੋਣ ਵਾਲੇ ਮੈਂਬਰਾਂ ਸੰਬੰਧੀ। ਇਜਲਾਸ ਕਦੋਂ ਕਦੋਂ ਹੁੰਦੇ ਨੇ? ਜਦੋਂ ਰਾਜਪਾਲ ਉਚਿਤ ਸਮਝੇ, ਜਿੱਥੇ ਉਚਿਤ ਸਮਝੇ ਇਜਲਾਸ ਬੁਲਾ ਸਕਦਾ। ਅਸੀਂ ਜਾਣਦੇ ਹਾਂ ਕਿ ਰਾਜਪਾਲ ਆਪਣੇ ਇਹ ਕੰਮ ਨੇ ਜਿਹੜੇ ਉਹ ਮੰਤਰੀ ਪ੍ਰੀਸ਼ਦ ਦੀ ਸਲਾਹ 'ਤੇ ਕਰਦਾ, ਇਸ ਲਈ ਵਿਧਾਨ ਪ੍ਰੀਸ਼ਦ ਦੇ ਇਜਲਾਸ ਕਦੋਂ ਹੋਣਗੇ, ਕਿੱਥੇ ਹੋਣਗੇ, ਇਹ ਅਸੀਂ ਕਹਿ ਸਕਦੇ ਹਾਂ ਕਿ ਰਾਜ ਦੀ ਸਰਕਾਰ ਹੀ ਤੈਅ ਕਰਦੀ ਹੈ। ਪਰੰਤੂ ਰਾਜਪਾਲ 'ਤੇ ਇੱਕ ਸੰਵਿਧਾਨਕ ਪਾਬੰਦੀ ਹੈ ਕਿ ਉਹ ਪਹਿਲੇ ਇਜਲਾਸ ਦੀ ਆਖਰੀ ਮਿਤੀ ਔਰ ਅਗਲੇ ਇਜਲਾਸ ਦੀ ਪਹਿਲੀ ਮਿਤੀ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਗੈਪ ਨਹੀਂ ਪਾ ਸਕਦਾ। ਜਿਵੇਂ ਅਸੀਂ ਫਰਜ਼ ਕਰ ਲਈਏ ਕਿ 1 ਸਾਲ ਦਾ ਪਹਿਲਾ ਇਜਲਾਸ 1 ਜਨਵਰੀ ਤੋਂ ਸ਼ੁਰੂ ਹੋ ਕੇ 5 ਫਰਵਰੀ ਤੱਕ ਚੱਲਿਆ, ਤਾਂ ਇਸ 5 ਫਰਵਰੀ ਦੇ 30 ਤਰੀਕ ਔਰ ਅਗਲੇ ਸੈਸ਼ਨ ਦੀ ਪਹਿਲੀ ਮਿਤੀ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਗੈਪ ਨਹੀਂ ਹੋਣਾ ਚਾਹੀਦਾ। ਇਹ ਅਗਲਾ ਸੈਸ਼ਨ ਅਸੀਂ ਮੰਨ ਲੈਂਦੇ ਹਾਂ ਕਿ 25 ਜੁਲਾਈ ਸ਼ੁਰੂ ਹੋ ਕੇ 10 ਅਗਸਤ ਤੱਕ ਚੱਲਿਆ, ਫਿਰ 10 ਅਗਸਤ ਨੂੰ ਜਿਹੜਾ ਸੈਸ਼ਨ ਖਤਮ ਹੋਇਆ ਉਹਦੇ ਔਰ ਅਗਲੇ ਤੀਸਰੇ ਸੈਸ਼ਨ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਗੈਪ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਇਹ ਰਾਜਪਾਲ 'ਤੇ ਇੱਕ ਸੰਵਿਧਾਨਕ ਪਾਬੰਦੀ ਹੈ। ਇਸ ਤੋਂ ਬਿਨਾਂ ਰਾਜਪਾਲ ਕਦੇ ਵੀ ਇਜਲਾਸ ਬੁਲਾ ਸਕਦਾ, ਆਮ ਕਰਕੇ ਇਕੱਠੇ ਬੁਲਾਉਂਦਾ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਦੇ, ਪਰੰਤੂ ਕਿਸੇ ਹਾਊਸ ਦਾ ਇਕੱਲੇ ਦਾ ਵੀ ਬੁਲਾ ਸਕਦਾ। ਵਿਧਾਨ ਪਰਿਸ਼ਦ ਦਾ ਕੋਰਮ ਹੈ ਜਿਹੜਾ, ਇਸ ਸੰਬੰਧੀ ਦੋ ਸ਼ਰਤਾਂ ਨੇ ਕਿ ਘੱਟੋ ਘੱਟ 10 ਮੈਂਬਰ ਹਾਜ਼ਰ ਹੋਣ ਅਤੇ ਉਸ ਹਾਊਸ ਦੀ ਜਿੰਨੀ ਮੈਂਬਰਸ਼ਿਪ ਹੈ ਉਹਦਾ 10% ਵੀ ਬਣਦੇ ਹੋਣ। ਜਿਹੜੀ ਵੱਡੀ ਕੰਡੀਸ਼ਨ ਹੋਵੇ ਉਹ ਲਾਗੂ ਕੀਤੀ ਜਾਂਦੀ ਹੈ। ਇਹਨੂੰ ਅਸੀਂ ਇਸ ਐਗਜ਼ਾਮਪਲ ਦੇ ਦੁਆਰਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਅਸੀਂ ਮੰਨ ਲਈਏ ਕਿ ਕਿਸੇ ਹਾਊਸ ਦਾ 100 ਮੈਂਬਰ ਹੈ ਵਿਧਾਨ ਪਰਿਸ਼ਦ ਦਾ, ਤਾਂ ਉਹਦੇ 1/10 ਮੈਂਬਰ ਨੇ ਜਿਹੜੇ 10 ਬਣਦੇ ਨੇ, ਇਸ ਲਈ ਕੋਰਮ ਵੀ 10 ਮੈਂਬਰ ਹੋਏਗਾ। ਜੇ ਕਿਸੇ ਦਾ 60 ਮੈਂਬਰ ਦੀ ਵਿਧਾਨ ਪਰਿਸ਼ਦ ਹੈ ਤਾਂ ਉਹਦੇ 1/10 ਬਣਦੇ ਨੇ 6 ਮੈਂਬਰ, ਪਰੰਤੂ ਇੱਥੇ ਇਹ ਕੰਡੀਸ਼ਨ ਲਾਗੂ ਨਹੀਂ ਹੋਏਗੀ, ਇੱਥੇ 10 ਮੈਂਬਰਾਂ ਵਾਲੀ ਲਾਗੂ ਹੋ ਜਾਏਗੀ ਕਿਉਂਕਿ ਇਹ ਵੱਡੀ ਹੈ, ਇਸ ਲਈ 10 ਮੈਂਬਰਾਂ ਦਾ ਹੋਣਾ ਜ਼ਰੂਰੀ ਹੋਏਗਾ ਮੀਟਿੰਗ ਕਰਨ ਲਈ। ਜੇ ਕਿਸੇ ਵਿਧਾਨਕ ਪਰਿਸ਼ਦ ਦੇ 200 ਮੈਂਬਰ ਨੇ ਤਾਂ ਉਹਦੇ 1/10 ਬਣਦੇ ਨੇ 20, ਇਸ ਲਈ ਇਹਦੇ ਨਾਲੋਂ 10 ਮੈਂਬਰਾਂ ਨਾਲੋਂ ਇਹ ਕੰਡੀਸ਼ਨ ਵੱਡੀ ਹੈ, ਇੱਥੇ ਇਹ ਕੰਡੀਸ਼ਨ ਲਾਗੂ ਹੋਏਗੀ, 20 ਮੈਂਬਰਾਂ ਦਾ ਹਾਜ਼ਰ ਹੋਣਾ ਜ਼ਰੂਰੀ ਹੋਏਗਾ, 117 ਮੈਂਬਰਾਂ ਦੇ ਵਿੱਚੋਂ 12 ਮੈਂਬਰਾਂ ਦਾ ਹਾਜ਼ਰ ਹੋਣਾ ਜ਼ਰੂਰੀ ਹੋਏਗਾ, ਤਾਂ ਕਿਸੇ ਵਿਧਾਨਕ ਪਰਿਸ਼ਦ ਦੀ ਮੈਂਬਰ ਹੈ ਜਿਹੜੀ ਮੀਟਿੰਗ ਹੈ ਜਿਹੜੀ ਉਹ ਕੀਤੀ ਜਾ ਸਕਦੀ ਹੈ। ਅੱਗੇ ਵਿਧਾਨ ਪਰਿਸ਼ਦ ਦੇ ਅਧਿਕਾਰੀ ਹੁੰਦੇ ਨੇ ਸਭਾਪਤੀ ਅਤੇ ਉਪ ਸਭਾਪਤੀ, ਜਿਵੇਂ ਵਿਧਾਨ ਸਭਾ ਦੇ ਚੇਅਰਮੈਨ, ਸਪੀਕਰ ਐਂਡ ਡਿਪਟੀ ਸਪੀਕਰ ਹੁੰਦੇ ਨੇ। ਇਸ 'ਤੇ ਜਿਹੜੇ ਮੁਖੀ ਨੇ ਉਹਨਾਂ ਨੂੰ ਸਭਾਪਤੀ ਅਤੇ ਉਪ ਸਭਾਪਤੀ ਕਿਹਾ ਜਾਂਦਾ। ਸਭਾਪਤੀ ਅਤੇ ਉਪ ਸਭਾਪਤੀ ਦੋਹਾਂ ਦੀ ਚੋਣ ਵਿਧਾਨਕ ਪਰਿਸ਼ਦ ਦੇ ਮੈਂਬਰ ਆਪਣੇ ਵਿੱਚੋਂ ਹੀ ਕਰਦੇ ਨੇ। ਵਿਧਾਨ ਪਰਿਸ਼ਦ ਦਾ ਸਭਾਪਤੀ ਵਿਧਾਨ ਪਰਿਸ਼ਦ ਦੀਆਂ ਮੀਟਿੰਗਾਂ ਦੀ ਅਗਵਾਈ ਕਰਦਾ, ਏਜੰਡਾ ਤੈਅ ਕਰਦਾ, ਮੈਂਬਰਾਂ ਨੂੰ ਬੋਲਣ ਲਈ ਸਮਾਂ ਦਿੰਦਾ, ਹਾਊਸ ਦੇ ਵਿੱਚ ਆਰਡਰ ਮੇਨਟੇਨ ਰੱਖਦਾ, ਡਿਸਿਪਲਿਨ ਮੇਨਟੇਨ ਰੱਖਦਾ, ਪੂਰੇ ਦਾ ਪੂਰੀ ਕਾਰਵਾਈ ਹੈ ਜਿਹੜੀ ਉਹ ਸਭਾਪਤੀ ਦੁਆਰਾ ਚਲਾਈ ਜਾਂਦੀ ਹੈ। ਪਰੰਤੂ ਜੇ ਸਭਾਪਤੀ ਕਿਸੇ ਕਾਰਨ ਹਾਜ਼ਰ ਨਾ ਹੋਵੇ ਤਾਂ ਇਹ ਸਾਰੇ ਕੰਮ ਨੇ ਜਿਹੜੇ ਉਪ ਸਭਾਪਤੀ ਦੁਆਰਾ ਕੀਤੇ ਜਾਂਦੇ ਨੇ। ਇਹ ਦੋਨੇ ਅਧਿਕਾਰੀ ਨੇ ਜਿਹੜੇ ਸਭਾਪਤੀ ਅਤੇ ਉਪ ਸਭਾਪਤੀ ਹਾਊਸ ਦੇ ਵਿੱਚੋਂ ਹੀ ਚੁਣੇ ਜਾਂਦੇ ਨੇ। ਜੇ ਕਿਸੇ ਵਿਸ਼ੇ 'ਤੇ ਵੋਟਾਂ ਬਰਾਬਰ ਹੋ ਜਾਣ ਤਾਂ ਪਹਿਲੀ ਗੱਲ ਸਭਾਪਤੀ ਜਾਂ ਉਪ ਸਭਾਪਤੀ ਜਿਹੜਾ ਵੀ ਅਗਵਾਈ ਕਰ ਰਿਹਾ ਉਹ ਜੇ ਕਿਸੇ ਵਿਸ਼ੇ 'ਤੇ ਵੋਟਾਂ ਪੈਂਦੀਆਂ ਨੇ ਪਹਿਲੀ ਵਾਰ 'ਚ ਵੋਟ ਨਹੀਂ ਪਾਏਗਾ। ਪਰੰਤੂ ਜੇ ਕਿਸੇ ਵਿਸ਼ੇ 'ਤੇ ਵੋਟਾਂ ਬਰਾਬਰ ਹੋ ਜਾਣ
ਕਿਸੇ ਦੇ ਹੱਕ ਦੇ ਵਿੱਚ ਵੀ 10 ਵੋਟਾਂ ਹੋਣ, ਕਿਸੇ ਦੇ ਵਿਰੁੱਧ ਵੀ 10 ਵੋਟਾਂ ਹੋਣ, ਤਾਂ ਇਹ ਆਪਣੀ ਕਾਸਟਿੰਗ ਵੋਟ ਪਾ ਕੇ ਕਿਸੇ ਇੱਕ ਪਾਸੇ ਉਸ ਵਿਸ਼ੇ 'ਤੇ ਫੈਸਲਾ ਕਰਵਾ ਸਕਦਾ ਹੈ। ਇਸ ਤੋਂ ਬਾਅਦ ਤਨਖਾਹ ਅਤੇ ਭੱਤੇ ਨੇ ਜਿਹੜੇ ਵਿਧਾਨਕ ਪ੍ਰੀਸ਼ਦ ਦੇ ਮੈਂਬਰਾਂ ਦੇ, ਉਹ ਰਾਜ ਦਾ ਵਿਧਾਨ ਮੰਡਲ ਤੈਅ ਕਰਦਾ, ਜਿਹਦੇ ਵਿੱਚ ਵਿਧਾਨ ਸਭਾ ਵੀ ਹੁੰਦੀ ਹੈ, ਵਿਧਾਨ ਪ੍ਰੀਸ਼ਦ ਵੀ ਹੁੰਦੀ ਆ, ਦੋਵੇਂ ਮਿਲ ਕੇ ਤੈਅ ਕਰਦੇ ਨੇ। ਇਸ ਲਈ ਪੂਰੇ ਭਾਰਤ ਦੇ ਵਿੱਚ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦੇ ਜਿਹੜੇ ਤਨਖਾਹ ਭੱਤੇ ਨੇ, ਉਹਨਾਂ ਵਿੱਚ ਕੋਈ ਯੂਨੀਫੋਰਮਿਟੀ ਨਹੀਂ ਹੈ। ਆਮ ਕਰਕੇ ਕਿਸੇ ਵੀ ਸਟੇਟ ਦੇ ਵਿਧਾਨ ਸਭਾ ਦੇ, ਜਿੱਥੇ ਦੋਨੇ ਹਾਊਸ ਹੋਣ, ਜਿਹੜੇ ਤਨਖਾਹ ਭੱਤੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਦਿੱਤੇ ਜਾਂਦੇ ਨੇ, ਉਹੀ ਤਨਖਾਹ ਭੱਤੇ ਨੇ ਜਿਹੜੇ ਵਿਧਾਨਕ ਪ੍ਰੀਸ਼ਦ ਦੇ ਮੈਂਬਰਾਂ ਲਈ ਤੈਅ ਕੀਤੇ ਜਾਂਦੇ ਨੇ। ਥੈਂਕਸ ਫਾਰ ਵਾਚਿੰਗ, ਗੁੱਡ ਲੱਕ।